ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਅਤੇ ਬਾਈ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣ ਲੱਗੇ ਹਾਂ ਫਾਰਮ ਟਰੈਕ 60 ਅਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹਾਂ ਬਾਈ ਜੋਤ ਬਾਈ ਲੈ ਰਿਹਾ ਟਰੈਕਟਰ ਦੀ ਟਰਾਈ ਕਿਆ ਹਾਲ ਆ ਵੀਰ ਹਾਂ ਕਿਆ ਹਾਲ ਆ ਠੀਕ ਹੈ ਵੀਰ ਵਧੀਆ ਬਾਈ ਖੁਸ਼ ਰਹਿੰਦਾ ਆਪਣਾ ਪੂਰਾ ਆਉਣਾ ਇਹ वो कर ला बंद कोई गल नहीं कर ला माड़ा फिर ये आप भाई तुहानू ट्रैक्टर बारे दिने जानकारी कोई भी मेरा वीर चाहवान होया 60 लैण दा तां वीडियो नू देख लियो भाई आपां तुहानू सारी जानकारी दे दिंदे ट्रैक्टर बारे ते माडल हैगा भाई 2016 ये पक्का जी लिखिया हाँ You will also check. Let me confirm it. No problem. Okay, baby, 16. 16 model है? 16 नहीं 17 होगा भाई कई बंदे पूछते हैं भाई तुसी ट्रैक्टर का मॉडल उत्थे देख के दस दिओ ना इहदे ते भाई पंप ते हुंदा इहदा लिखिया होया मार्का भाई अखर बहुत हुंदे आ इह बहुत दिमाग लागे कढ़ना पैंदा मॉडल ओ बस कर अच्छे सब नूं पता अजकल इहनां गल्लां दा भाई ना जो तो अपन ने बहुत बार पूछे भाई तुम उ देख के दस दौने भी कितने होंगे उत्थे मूहे लिखा होंगे भाई मार्क हाँ नवे होर आ गए हाँ यानी कि हूँ ही फर्क पिया तेई च हाँ तेई बच्चे पिछले टायर भाई रेडियो लैनो है ना रेडियो टायर है यार अद रेडियो लिखा बी के डी टायर है भाई 21 के मार्के वाले टायर है ਉਹ ਦੇਖੀ ਦੇ ਮਾਰਕੀਟ ਹੈ ਰਾਂ ਤੇ ਬਾਈ ਅਰੇ ਪਿੱਛੇ ਬਾਈ ਤੇ ਟਾਇਰ ਦਾ ਬਾਈ ਨਿਗਾੜੀ ਤੇਰੀ ਦਾ ਮੰਨ ਕੇ ਲੋ ਵੀ ਟਾਇਰ ਦੁਬਾਰਾ ਪਾਏ ਹੋਏ ਟਰੈਕਟਰ ਦੇ ਬਾਕੀ ਪਿੱਛੇ ਤੋਂ ਦੇਖ ਲਓ ਇਸਾ ਉਸਾ ਕਿਆ ਹਿਸਾਬ ਤਾਬ ਹੈ ਹਾਂ ਕਿਆ ਹੁੱਕ ਹੁੱਕ ਹਾਂ ਕਾਹੀ ਕੋਈ ਨਹੀਂ ਪਈ ਹੁੱਕ ਸਪੈਸ਼ਲ ਬਣਾਈ ਹੋਈ ਹੈ ਬਾਈ ਇਹ ਜੋ ਤਾਂ ਹਿੱਸਾ ਦੂਆ ਹੈ ਦਾ ਯੂਪੀਆਈ ਹੈ ਨਾ ਜਿਹੜਾ ਪਾਵਰ ਡਰਾਈਵ ਨੂੰ ਦਾ ਹਾਂ ਉਹੀ ਚੀਜ਼ ਹੈ ਇੰਜਨ 60 ਦਾ ਇਹ ਹਾਂ ਗੇਅਰ ਬਸ ਪਾਵਰ ਡਰਾਈਵ ਦਾ गेयर बक्सा पावर ट्रैक वाला है ठीक है ठीक है और इधर पीछे ड्रम है उकनी गेयर सारा कुछ वही है वही चीज है हां ठीक है देखो देखो भाई ध्यान ਨਾਲ ਦੇਖੋ ਤੇ ਭਾਈ ਆਪਣਾ ਸਿਰਫ ਫਰਜ਼ ਤੁਹਾਨੂੰ ਟਰੈਕਟਰ ਵੀਡੀਓ ਦੇ ਵਿੱਚ ਦਿਖਾਉਣਾ ਹੈ ਬਾਕੀ ਤੁਸੀਂ ਭਾਈ ਆਪ ਆ ਕੇ ਦੇਖ ਕੇ ਚੈੱਕ ਕਰ ਲਿਓ ਟਰੈਕਟਰ ਤੇ ਕਲਾ ਜੋ ਤੇ ਇਹ ਮਾਡਲ ਜਿਹੜੇ ਗੂੜੇ ਰੰਗ ਵਾਲੇ ਇਹ ਮੇਰੇ ਸਾਹਮਣੇ 15 ਚ ਆ ਗਏ ਤੇ 15-16 ਚ ਆ ਗਏ ਡਾਇਰੈਕਟਰ ਹਾਂ ਸਹੀ ਗੱਲ ਆ ਤੇ ਬਾਈ ਇਹਦਾ ਜਿਹੜਾ ਅਸਲ 'ਚ ਆਪਾਂ ਨੂੰ ਰੇਟ ਹੈ ਕਨਫਰਮ ਉਹ ਮਤਲਬ ਕਿ ਰੇਟ ਨਹੀਂ ਪਤਾ ਹੈਗਾ ਮੈਂ ਬਾਈ ਨੂੰ ਨੰਬਰ ਥੱਲੇ ਜ਼ਰੂਰ ਮੈਂਸ਼ਨ ਕਰੂੰਗਾ ਜੀ ਕਿਉਂਕਿ ਬਾਈ ਕਿਸੇ ਡਾਇਰੈਕਟਰ ਦਾ ਰੇਟ ਆਪਾਂ ਦੱਸ ਦਿੰਦੇ ਕਿਸੇ ਦਾ ਨਹੀਂ ਦੱਸਦੇ ਹੈਗੇ ਠੀਕ ਹੈ ਤੇ ਬਾਈ ਨੇ ਨਾਲ ਜਿਹਨੇ ਕੋਈ ਹੋਇਆ ਚਾਹਵਨ ਉਹਨਾਂ ਨਾਲ ਗੱਲ ਕਰ ਲਓ ਜਿਹੜੇ ਲੋਕਲ ਵੀਰ ਆ ਉਹ ਸਾਡੇ ਆ ਕੇ ਦੇਖ ਲਿਓ ਇੱਥੇ ਬਾਈ ਤੇ ਮੈਂ ਨੰਬਰ ਬੋਲ ਕੇ ਵੀ ਦੱਸ ਦੂੰਗਾ 98155991901 आह नंबर है बई तो थले भी मैनशन कर दूंगे वीडियो के जिन्हें देखना है उत्थे दे आके बई ने ना गल करके देख सकता है इंजन भी दिखा दे बई ठीक है जी ठीक है अपनी पावर ट्रेडिंग वाली टैंकी है मगले ठीक है जी पानी वाली ओके ओके सर है नहीं बई पानी है नहीं ठीक है बाकी भाई आप जिदा लगे हुआ भाई छतरी बंपर सब कुछ इदा जो तो आप ही मूहे ज्यादा लंबा नहीं है यार दूए नो इन्ना कहना अचकल जो तो बेचे बेचता मैं देखा बहुत बड़े इतने दे तक लागे दिखा ना बंपर उ यार मोड़ना कितने ट्रैक्टर इन्ना लंबा हाँ हाँ शो पट दिता हाँ सही गल है तो भाई मुरले टायर तो लगभग नवे वर्गे पिछले टायर भी 90 के पैसे टायर होंगे मगर ले भाई पिछले हाँ क्योंकि रेडियो की गुड्डी थोड़ी दूए नालों छोटी होंगी है ना जो छोटी हाँ हाँ सही गल है ठीक है जी बाकी भाई अपना आके देख लो तसली कर लियो किसी जानकार बंदे नूं बेशक लैके चैक करा लियो तो ट्रैक्टर ये वैसे अपने दस दी भी अपने को नहीं है सामने खड़े ने ट्रैक्टर वो जो सामने खड़े दिख रहे हैं ना ट्रैक्टर उत्थे हाँ स्वराज एजेंसी के ओपोजिट खड़े ने ट्रैक्टर इन्हां दे ते बाकी ट्रैक्टर उन्हां कोल होर भी है अपने कोल भी है ट्रैक्टर सैकेंड हैंड
ਸਾਡੇ ਕੋਲ ਵੀ ਟਰੈਕਟਰ ਕਈ ਇਸ ਟਾਈਮ 5-6 ਟਰੈਕਟਰ ਖੜੇ ਸਕਦੇ ਹਾਂ ਮਾਲ ਭਰ ਰਹੇ ਭਾਈ ਹੋ ਜਾਣਾ ਬਹੁਤ ਜ਼ਿਆਦਾ ਹਾਂ ਇੱਕ ਤੋਂ ਹੁਣ ਟਰੈਕਟਰ ਲੈ ਰਹੇ ਹਾਂ ਭਾਈ ਆਪਾਂ ਵੀਡੀਓ ਵਿੱਚ ਵੀ ਕਹਿੰਦੇ ਜੇ ਕੋਈ ਹੁੰਦਾ ਕੋਈ ਟਰੈਕਟਰ ਕੁਝ ਮੌਸਮ ਕਰਕੇ ਹਾਂ ਕੁਝ ਥੋੜਾ ਜਿਹਾ ਉਹ ਤਾਂ ਅਜੇ ਟਰੈਕਟਰਾਂ ਦਾ ਆਕਸੀਜਨ ਆ ਪੁਰਾਣੇ ਦਾ ਹਾਂ ਪੁਰਾਣੇ ਟਰੈਕਟਰ ਦੀ ਥੋੜੀ ਜੀ ਪੁਰਾਣੇ ਵੀ ਨਵੇਂ ਵੀ ਦੋਨਾਂ ਦੀ ਕੰਮ ਦਾ ਪਿਆ ਵਾ ਮੀਂਹ ਕਰਕੇ ਜ਼ਿਆਦਾ ਕੰਮ ਖਰਾਬ ਮੀਂਹ ਕਰਕੇ ਖਰਾਬ ਹੋ ਗਿਆ ਹਾਂ ਜਿਨ੍ਹਾਂ ਨੇ ਪਲੈਨਿੰਗ ਬਣਾਈ ਜੀ ਉਹਨਾਂ ਦੇ ਉਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਕੈਨਸਲ ਹੋ ਗਈ ਹਾਂ ਸਹੀ ਗੱਲ ਆ ਹਾਂ ਤੇ ਬਾਈ ਜੇ ਕਿਸੇ ਨੇ ਟਰੈਕਟਰ ਆਪਣਾ ਕੋਈ ਵੇਚਣਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਬਾਈ ਵੀਡੀਓ ਆਪਣੇ ਟਰੈਕਟਰ ਦੀਆਂ ਫੋਟੋ ਵੀਡੀਓ ਪਾ ਦਿਆ ਕਰੋ ਅਤੇ ਨਾਲ ਰੇਟ ਜ਼ਰੂਰ ਦੱਸ ਦਿਆ ਕਰੋ ਬਾਈ ਆਈਡੀਆ ਜਾਂ ਨਾਲ ਜ਼ਰੂਰ ਦੱਸ ਦਿਆ ਕਰੋ ਵੀ ਇੰਨੇ ਕੁ ਦਾ ਟਰੈਕਟਰ ਦੇਣਾ ਬਾਕੀ ਤਾਂ ਚਲੋ ਮੌਕੇ 'ਤੇ ਹੋ ਜਾਂਦਾ ਬਾਈ ਸੌਦਾ ਅਤੇ ਫੋਟੋਆਂ ਚਾਰੇ ਪਾਸੇ ਦੇ ਅੱਗੇ ਪਿੱਛੇ ਦੇ ਖਿੱਚ ਕੇ ਪਾ ਦਿਆ ਕਰੋ ਜੋਤ ਬਾਈ ਦੇ ਨੰਬਰ 'ਤੇ ਪਾ ਦਿਆ ਕਰੋ ਜੇ ਮੇਰੇ 'ਤੇ ਪਾ ਦਿਆ ਕਰੋ ਅਤੇ ਬਾਈ ਦਾ ਨੰਬਰ ਵੀ ਨੋਟ ਕਰ ਲਿਆ ਕਰੋ ਬਾਈ ਕਈ ਵਾਰ ਮੈਨੂੰ ਫੋਟੋ ਆਈ ਦੀ ਮੈਂ ਇੱਥੇ ਨਹੀਂ ਦੇਖ ਹੁੰਦੀ ਹਾਂ ਤਾਂ ਬਾਈ ਨੂੰ ਕੰਟੈਕਟ ਕਰ ਲਿਆ ਕਰੋ ਮੈਂ ਬਾਈ ਦਾ ਨੰਬਰ ਵੀ ਹੁਣ ਥੱਲੇ ਨਾਲ ਮੈਂਸ਼ਨ ਕਰਿਆ ਕਰੂੰਗਾ ਵੀਡੀਓ ਦੇ ਵਿੱਚ ਅਤੇ ਬਾਈ ਥੋੜ੍ਹਾ ਜਿਹਾ ਹੁਣ ਬਾਹਰ ਜਾਣ ਨੂੰ ਕਾਹਲਾ ਹੋਇਆ ਹੋਇਆ ਅਤੇ ਜੋਤ ਬਾਈ ਜਾਣਾ ਕਿੱਥੇ ਪਹਿਲਾਂ ਐਂ ਦੱਸ ਯਾਰ ਆਪਾਂ ਨੂੰ ਬਾਹਰਲੇ ਵੀ ਯਾਰ ਬੰਦੇ ਬਹੁਤ ਦੇਖਦੇ ਮੈਂ ਜੇ ਹੋ ਸਕਦਾ ਕੋਈ ਬਾਈ ਦੀ ਹੈਲਪ ਕਰ ਦੋ ਬਾਈ ਇਹਨੇ ਜਾਣਾ ਬਾਹਰ ਹਾਂ ਯੂਰੋਪ ਇੱਥੇ ਨਹੀਂ ਕੰਮ ਕਰਨਾ ਹੁਣ ਠੰਡੇ ਇਲਾਕੇ ਵਿੱਚ ਜਾਣਾ ਠੰਡੇ ਇਲਾਕੇ 'ਚ ਜਾਣਾ ਠੀਕ ਹੈ ਬਾਈ ਅਤੇ ਡੈਡੀ ਬਹੁਤ ਕਹਿੰਦਾ ਪਰ ਇਹਦਾ ਹੁਣ ਉੱਠਿਆ ਵਾ ਕੀੜਾ ਕਹਿੰਦਾ ਬਾਈ ਬਾਹਰੇ ਜਾਣਾ ਕੰਮ ਇੱਥੇ ਵੀ ਵੈਸੇ ਇਹਦਾ ਮਾੜਾ ਨਹੀਂ ਹੈਗਾ ਠੀਕ ਹੈ ਕੰਮ ਵਧੀਆ ਕੰਮ ਚੱਲਦਾ ਪਰ ਕਹਿੰਦੇ ਨਹੀਂ ਵੀ ਜਦੋਂ ਇੱਕ ਵਾਰ ਕੀੜਾ ਉੱਠ ਕੱਢਦਾ ਏ ਹੈਂ ਉੱਠ ਗਿਆ ਚੱਲ ਠੀਕ ਹੈ ਜਾਣਾ ਕਿੱਥੇ ਕਿਹੜੀ ਕੰਟਰੀ ਜਾਣਾ ਫਿਰ ਵੀ ਦੱਸਤਾ ਸਹੀ ਹੈ ਯੂਰੋਪ ਵਿੱਚ ਕਿੱਥੇ ਮਰਜ਼ੀ ਭੇਜ ਦਿਓ ਹਾਂ ਅਰਬ ਕੰਟਰੀ ਚ ਲਾਇਸੈਂਸ ਹੈਗਾ ਅਰਬ ਚ ਤਾਂ ਬਣੇ ਜਾਣਾ ਜੇ ਬੰਨ ਲਾਇਸੈਂਸ ਕਿਹੜਾ ਤੇਰੇ ਕੋਲ ਹੈਵੀ ਆ ਟਰਾਲੇ ਘੋੜੇ ਵਾਲਾ ਹੈਵੀ ਲਾਇਸੈਂਸ ਹੈ ਠੀਕ ਹੈ ਬਾਈ ਹੁਣ ਬਹੁਤ ਏਜੰਟਾਂ ਕੋਲ ਅੱਜ ਵੀ ਜਾ ਕੇ ਗੇੜੇ ਮਾਰ ਕੇ ਆਇਆ ਮੈਂ ਉਹਨੂੰ ਕਹੀ ਜਾਂਦਾ ਸਮਝਾਈ ਜਾਂਦਾ ਵੀ ਮਾੜਾ ਮੋਟਾ ਦੇਖ ਕੇ ਸੰਭਲ ਕੇ ਵੀ ਵਿੱਚ ਵਿੱਚ ਬਾਈ ਕਿਉਂਕਿ ਫਰੋਡ ਬਹੁਤ ਜ਼ਿਆਦਾ ਠੀਕ ਹੈ ਵੀ ਕੋਈ ਗੱਲ ਨਹੀਂ ਕੰਮ ਹੌਲੀ ਬਣ ਜੂਗਾ ਕੋਈ ਚੱਕਰ ਨਹੀਂ ਅਤੇ ਬਾਕੀ ਜੇ ਕਿਸੇ ਨੂੰ ਪਤਾ ਹੋਇਆ ਕੋਈ ਬੰਦਾ ਕੋਈ ਬਾਈ ਏਜੰਟ ਹੋਵੇ ਕਿਸੇ ਦਾ ਜਾਣ ਪਛਾਣ ਜੇ ਸਿੱਧਾ ਕੋਈ ਵੀਜ਼ਾ ਮਿਲਦਾ ਹੋਇਆ ਇੱਦਾਂ ਦਾ ਵੈਸੇ ਅਰਬ ਕੰਟਰੀ ਵਿੱਚ ਕਹਿੰਦਾ ਜਾਣਾ ਕਹਿੰਦਾ ਮੈਂ ਜਾ ਕੇ ਲਾਇਸੈਂਸ ਬਣਾਉਣਾ ਇਹਨੂੰ ਟਰਾਲਾ ਚਲਾਉਣ ਦਾ ਬਹੁਤ ਸ਼ੌਂਕ ਚੜਿਆ ਹੋਇਆ ਹੈ ਮੇਨ ਗੱਲ ਹੈ ਜਿਹੜੀ ਹੈ ਹਾਂ ਪਰਲੇ ਪਾਸੇ ਹੁੰਦੇ ਆਪੋਜਿਟ ਹੁੰਦੇ ਹਾਂ ਹਾਂ ਆਦੇ ਬਾਈ ਫੀਲਿੰਗਾਂ ਪੂਰੀਆਂ ਲੈ ਰਿਹਾ ਹੈ ਅਤੇ ਚਲੋ ਬਾਈ ਠੀਕ ਹੈ ਜੀ ਆਪਾਂ ਵੀ ਵੀਡੀਓ ਕਰਦੇ ਹਾਂ ਐਂਡ ਅਤੇ ਜੇ ਵੀਡੀਓ ਵਧੀਆ ਲੱਗਦੀ ਹੈ ਬਾਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅਤੇ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਲਾਇਆ ਬਾਈ ਲਾਇਆ ਇਹਨੂੰ ਅਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ।